ਥੋੜੇ ਦਿਨ ਪਹਿਲਾਂ ਚੁੰਮੀਆਂ ਵਾਲੇ ਬਾਬੇ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ ਤੇ ਹਿੰਦੂ ਜਥੇਬੰਦੀਆਂ ਵੱਲੋਂ ਕੜੀ ਨਿੰਦਾ ਵੀ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਹਰਕਤ ਵਿੱਚ ਆ ਕੇ ਉਕਤ ਬਾਬੇ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਸੀ। ਹੁਣ ਉਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬਾਬੇ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਦਾ ਹਿੰਦੂ ਜਥੇਬੰਦੀਆਂ ਅਤੇ ਸ਼ਿਵ ਸੈਨਿਕਾਂ ਵੱਲੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਸ਼ਿਵ ਸੈਨਾ ਸ਼ੇਰੇ ਹਿੰਦ ਦੇ ਰਾਸ਼ਟਰੀ ਇੰਚਾਰਜ ਤੇ ਪੰਜਾਬ ਪ੍ਰਧਾਨ ਕੌਸ਼ਲ ਕੁਮਾਰ ਸ਼ਰਮਾ, ਪੰਜਾਬ ਦੇ ਚੇਅਰਮੈਨ ਅਮਿਤ ਚੱਡਾ, ਬਜਰੰਗ ਦਲ ਹਿੰਦੁਸਤਾਨ ਪੰਜਾਬ ਪ੍ਰਧਾਨ ਵਿਵੇਕ ਅਰੋੜਾ, ਉੱਤਰ ਭਾਰਤ ਇੰਚਾਰਜ ਜਨਰਲ ਸਕੱਤਰ ਪੰਜਾਬ ਕਰਨ ਕੱਕੜ ਨੇ ਸਾਂਝੇ ਤੌਰ ਤੇ ਧਾਰਮਿਕ ਮੰਦਿਰ ਚ ਬੈਠ ਕੇ ਝਾੜੇ ਕਰਨ ਵਾਲੇ ਇੱਕ ਵਿਅਕਤੀ ਦੀ ਸੋਸ਼ਲ ਮੀਡੀਆ ਤੇ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਵਾਇਰਲ ਹੋਈਆਂ ਫੋਟੋਆਂ ਦਾ ਕੜਾ ਵਿਰੋਧ ਕਰਦਿਆਂ ਲਾਹੌਰੀ ਗੇਟ ਥਾਣੇ ਦੇ SHO ਨੂੰ ਲਿਖਤੀ ਦਰਖਾਸਤ ਦੇ ਕੇ ਪਖੰਡੀ ਵਿਅਕਤੀ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕੌਸ਼ਲ ਕੁਮਾਰ ਸ਼ਰਮਾ, ਅਮਿਤ ਚੱਡਾ ਤੇ ਵਿਵੇਕ ਅਰੋੜਾ ਨੇ ਸਾਂਝੇ ਤੌਰ ਤੇ ਗੱਲਬਾਤ ਕਰਦੇ ਕਿਹਾ ਕਿ ਸੋਸ਼ਲ ਮੀਡੀਆ ਤੇ ਪਖੰਡੀ ਵਿਅਕਤੀ ਦੀ ਔਰਤ ਨਾਲ ਅਸ਼ਲੀਲ ਹਰਕਤ ਕਰਨ ਦੀ ਵਾਇਰਲ ਹੋ ਰਹੀਆਂ ਫੋਟੋਆਂ ਦੇ ਨਾਲ ਪੂਰੇ ਹਿੰਦੂ ਸਮਾਜ ਦੇ ਲੋਕਾਂ ਵਿੱਚ ਭਾਰੀ ਰੋਸ਼ ਦੀ ਲਹਿਰ ਹੈ। ਉਹਨਾਂ ਕਿਹਾ ਕਿ ਪਖੰਡੀ ਵਿਅਕਤੀ ਵੱਲੋਂ ਕੀਤੀ ਗਈ ਅਸ਼ਲੀਲ ਹਰਕਤ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਥਾਣਾ ਲਾਹੌਰੀ ਗੇਟ ਦੇ SHO ਨੂੰ ਲਿਖਤੀ ਦਰਖਾਸਤ ਦਿੱਤੀ ਗਈ ਹੈ, ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ 24 ਘੰਟੇ ਦੇ ਅੰਦਰ ਪਖੰਡੀ ਵਿਅਕਤੀ ਖਿਲਾਫ਼ ਬਣਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਸ਼ਿਵ ਸੈਨਾ ਸ਼ੇਰੇ ਹਿੰਦ ਤੇ ਬਜਰੰਗ ਦਲ ਹਿੰਦੁਸਤਾਨ ਵੱਲੋਂ ਸਾਂਝੇ ਤੌਰ ਤੇ ਸੰਘਰਸ਼ ਕੀਤਾ ਜਾਵੇਗਾ। ਤੇ ਉੱਥੇ ਦੂਜੇ ਪਾਸੇ ਥਾਣਾ ਲਾਹੌਰੀ ਗੇਟ ਦੇ SHO ਹਰਜਿੰਦਰ ਸਿੰਘ ਨੇ ਕਿਹਾ ਕਿ ਸ਼ਿਵ ਸੈਨਿਕਾ ਵੱਲੋਂ ਵਿਅਕਤੀ ਖਿਲਾਫ਼ ਜੋ ਦਰਖਾਸਤ ਦਿੱਤੀ ਗਈ ਉਸਦੀ ਪੂਰੀ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਤੇ ਉੱਥੇ ਹੀ ਇਹ ਵੀ ਦੱਸਣਯੋਗ ਹੈ ਕਿ ਉਕਤ ਬਾਬਾ ਵੱਲੋਂ ਲਿਖਤੀ ਮਾਫ਼ੀਨਾਮਾ ਵੀ ਸੋਸ਼ਲ ਮੀਡੀਆ 'ਤੇ ਪਾਇਆ ਗਿਆ ਹੈ। ਅੱਜ ਇੱਕ ਸ਼ਿਵ ਸੈਨਾ ਸ਼ੇਰੇ ਹਿੰਦ ਵੱਲੋਂ ਇੱਕ ਦਰਖਾਸਤ ਆਈ ਹੈ ਮੈਨੂੰ, ਜਿਹਦੇ 'ਚ ਕੱਲ੍ਹ ਕੋਈ ਫੋਟੋਆਂ ਅਸ਼ਲੀਲ ਫੋਟੋਆਂ ਜਿਹੜੀਆਂ ਵਾਇਰਲ ਹੋਈਆਂ ਸੀ ਕਿਸੇ ਮੰਦਰ ਦੇ ਪੁਜਾਰੀ ਵੱਲੋਂ, ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕਿੱਥੋਂ ਦਾ ਪੁਜਾਰੀ ਦੱਸਿਆ ਜੀ? ਇਹ ਗਲੀ ਸ਼ਤੀਰੀਆਂ ਵਾਲੀ ਕਟੜਾ ਕਰਮ ਸਿੰਘ ਦਾ ਪਤਾ ਲੱਗਾ ਵਾ, ਬਾਕੀ ਵੈਰੀਫਾਈ ਕਰ ਰਹੇ ਹਾਂ, ਜੋ ਵੀ ਥਾਣੇ ਸਾਹਮਣੇ ਉਹਦੇ ਖਿਲਾਫ਼ ਕਾਰਵਾਈ ਕਰ ਦਿੱਤੇ ਜੋ। ਕੀ ਦੱਸਦੇ ਕੋਈ ਮੰਦਰ ਸੀ, ਘਰ ਜਾ ਕੇ ਪੰਡਿਤ ਪੁੰਡਿਤ ਸੀ, ਕੌਣ ਸੀ? ਇਹਦੇ ਬਾਰੇ ਅਜੇ ਵੈਰੀਫਾਈ ਕਰਾਂਗੇ ਜੀ, ਉਸ ਤੋਂ ਬਾਅਦ ਦੱਸਾਂਗੇ। ਬੁਲੰਦ ਨਿਊਜ਼ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।